ਜਦੋਂ ਕਾਂਗਰਸ ਦਾ ਜ਼ਮਾਨਾ ਸੀ ਔਰ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਸੀ ਵੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨਹੀਂ ਹੈ, ਇਹ ਫੁੱਲ ਕਰਪਸ਼ਨ ਆਫ ਇੰਡੀਆ ਹੈਗਾ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੇ ਪਿਛਲੀ ਸਰਕਾਰ ਦੇ ਦੌਰਾਨ ਹੀ ਕਹਿ ਦਿੱਤਾ ਸੀ ਵੀ 2022 ਤੱਕ ਮੈਂ ਕਿਸਾਨਾਂ ਦੀ ਜਿਹੜੀ ਆਮਦਨ ਹੈਗੀ ਆ ਉਹ ਦੁੱਗਣੀ ਕਰੂੰਗਾ। ਤੁਸੀਂ 60 ਸਾਲ ਦੀ ਗੱਲ ਨਹੀਂ ਕਰਦੇ, ਤੁਸੀਂ 10 ਸਾਲ ਦੀ ਗੱਲ ਕਰਦੇ ਹੋ। ਵਾਲੇ ਸਮੇਂ ਦੇ ਵਿੱਚ ਤੁਸੀਂ ਆਪ ਦੇਖੋਗੇ ਵੀ ਜਿਹੜਾ ਭਾਰਤ ਦਾ ਕਿਸਾਨ ਹੋਊਗਾ ਉਹ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਊਗਾ ਉਹ ਵਾਕਈ ਖੁਸ਼ਹਾਲ ਕਿਸਾਨ ਦੇ ਤੌਰ 'ਤੇ ਆਲ ਓਵਰ ਵਰਲਡ ਦੇ ਵਿੱਚ ਜਾਣਿਆ ਜਾਊ। ਜਦੋਂ ਲੋਕਾਂ ਨੇ ਵੋਟਾਂ ਪਾਈਆਂ, ਮਨ ਬਣਾ ਲਿਆ, ਕੈਪਟਨ ਸਾਹਿਬ ਦੀ ਬੱਲੇ ਬੱਲੇ ਕਰਾ ਦਿੱਤੀ, ਕੈਪਟਨ ਸਾਹਿਬ ਸੱਤਾ 'ਤੇ ਆ ਗਏ, ਬਿਰਾਜ ਗਏ, ਉਹਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਆ ਉਹਦੇ ਮਨ 'ਤੇ ਸੱਟ ਵੱਜੀ, ਕਿਉਂਕਿ ਉਹਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਉਹਨੇ ਕਿਹਾ ਵੀ ਮੇਰੇ ਨਾਲ ਧੱਕਾ ਹੋਇਆ, ਧੋਖਾ ਹੋਇਆ। ਪਹਿਲਾਂ ਤਾਂ ਕੈਪਟਨ ਸਰਕਾਰ 'ਚ ਹੀ ਖਾਮੀ ਆ, ਕੈਪਟਨ ਸਾਹਿਬ 'ਚ ਹੀ ਖਾਮੀ ਆ। ਨਮਸਕਾਰ, ਆਪ ਦੇਖ ਰਹੇ ਹੋ ਪ੍ਰਕਾਸ਼ ਟੀਵੀ, ਸਮਾਂ ਦਿਨੇਸ਼ ਕੇ ਸਾਥ ਕਾਰਜਕ੍ਰਮ ਮੇਂ ਆਪਕਾ ਸਵਾਗਤ ਹੈ। ਜਵਾਨ ਔਰ ਕਿਸਾਨ ਕੀ ਧਰਤੀ ਕਹੇ ਜਾਣੇ ਵਾਲਾ ਭਾਰਤ ਦੇਸ਼ ਦੁਨੀਆ ਕੇ ਵਿਸ਼ਵ ਪਟਲ ਪਰ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਕੇ ਰੂਪ ਮੇਂ ਦੇਖਾ ਜਾਤਾ ਹੈ। ਭਾਰਤ ਚੁਨਿੰਦਾ ਐਸੇ ਕੁਛ ਦੇਸ਼ੋ ਮੇਂ ਸੇ ਆਤਾ ਹੈ ਪੂਰੀ ਦੁਨੀਆ ਮੇਂ, ਜਹਾਂ ਪਰ ਬਹੁਤ ਮੇਜਰ ਔਰ ਪ੍ਰਮੁੱਖ ਤੇ ਫਸਲੇ ਯਹਾਂ ਸੇ ਐਕਸਪੋਰਟ ਵੀ ਕੀ ਜਾਤੀ ਹੈ ਬੜੇ ਪੈਮਾਨੇ ਪਰ। ਬਾਵਜੂਦ ਕਿਸਾਨੋਂ ਕੀ ਔਰ ਕ੍ਰਿਸ਼ੀ ਸੈਕਟਰ ਕੋ ਲੈ ਕੇ ਦੇਸ਼ ਮੇਂ ਆਜ ਵੀ ਆਪਣੇ ਆਪਣੇ ਸਤਰ ਪਰ ਮੂਲਭੂਤ ਕੁਛ ਨਾ ਕੁਛ ਐਸੀ ਦੁਵਿਧਾਏ ਹੈ, ਐਸੀ ਸਮੱਸਿਆਏ ਹੈ, ਜਹਾਂ ਪਰ ਆਜ ਕਿਸਾਨ ਔਰ ਖੇਤੀ ਸੇ ਜੁੜਾ ਹੁਆ ਹਰ ਵਿਅਕਤੀ ਕਹੀਂ ਨਾ ਕਹੀਂ ਗ੍ਰਸਤ ਹੈ, ਪਰੇਸ਼ਾਨ ਹੈ ਔਰ ਕਾਫੀ ਹੱਦ ਤੱਕ ਇਸ ਬਾਤ ਕੇ ਲੀਏ ਕਹੀਂ ਨਾ ਕਹੀਂ ਇਸ ਦੁੱਖ ਕੋ ਸਾਂਝਾ ਕਰਨੇ ਕੇ ਲੀਏ ਕੋਈ ਪਲੇਟਫਾਰਮ ਢੂੰਢਤਾ ਹੈ ਕਿ ਮੈਂ ਕਿਸਾਨ ਹੂੰ ਦੇਸ਼ ਕਾ, ਮੇਰੀ ਗਰੀਬੀ ਕੋ, ਮੇਰੀ ਇਸ ਮਿਹਨਤ ਕੀ ਕਮਾਈ ਕੋ ਕਿਸੀ ਤਰ੍ਹਾਂ ਸੇ ਦੇਖੋ ਇਸਕੇ ਬੜੋਤਰੀ ਕੇ ਲੀਏ ਯਾ ਮੇਰੇ ਫਾਈਨੈਂਸ਼ੀਅਲ ਔਰ ਇਕਨੋਮਿਕ ਸੁਧਾਰ ਕੇ ਲੀਏ ਕੁਛ ਕਰੋ। ਹਰ ਸਰਕਾਰੋਂ ਕੇ ਸਾਥ ਮੇਂ ਕਿਸਾਨ ਇਸ ਬਾਤ ਕੋ ਬਾਰ ਬਾਰ ਰੱਖਤੇ ਆਏ ਹੈ, ਪਿਆਰ ਸੇ ਰੱਖਾ ਹੋ ਚਾਹੇ ਅੰਦੋਲਨ ਕਰਕੇ ਰੱਖਾ ਹੋ। ਆਜ ਇਸੀ ਪਰ ਚਰਚਾ ਕਰਨੇ ਕੇ ਲੀਏ ਹਮਾਰੇ ਸਾਥ ਮੌਜੂਦ ਹੈ ਸੁਖਮਿੰਦਰ ਪਾਲ ਸਿੰਘ ਗਰੇਵਾਲ, ਜੋ ਕਿ ਰਾਸ਼ਟਰੀ ਸਚਿਵ ਹੈ ਭਾਰਤੀ ਜਨਤਾ ਪਾਰਟੀ ਕੇ ਕਿਸਾਨ ਮੋਰਚਾ ਸੇ ਔਰ ਪ੍ਰਭਾਰੀ ਹੈ ਜੰਮੂ ਐਂਡ ਕਸ਼ਮੀਰ ਸੇ। ਸਵਾਗਤ ਹੈ ਪਾਲ ਸਾਹਿਬ ਆਪਕਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰੇ ਕਿਉਂਕਿ ਆਪਕੀ ਜ਼ਿੰਮੇਦਾਰੀ, ਆਪ ਤਕਰੀਬਨ 15-16 ਸਾਲ ਸੇ ਕਿਸਾਨ ਮੋਰਚਾ ਕੋ ਰਾਸ਼ਟਰੀ ਸਤਰ ਪਰ ਆਪ ਦੇਖ ਰਹੇ ਹੈ, ਬਾਵਜੂਦ ਆਜ ਹਾਲਾਤ ਯੇ ਹੈ ਕਿ ਹਾਲਾਂਕਿ ਕੇਂਦਰ ਮੇਂ ਆਪਕੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਔਰ ਅਭੀ ਹਾਲ ਹੀ ਮੇਂ ਆਰਡੀਨੈਂਸ ਵੀ ਦਿਆ ਹੈ, ਪਰ ਹਾਲਾਤ ਜੋ ਹੈ ਚਾਹੇ ਫਿਰ ਵੋ ਹਮ ਕੇਰਲ ਮੇਂ ਚਲੇ ਜਾਏ ਕਿਉਂਕਿ ਆਪ ਰਾਸ਼ਟਰੀ ਸਤਰ ਪਰ ਸੰਭਾਲ ਰਹੇ ਹੋ, ਤੋ ਮੈਂ ਸਾਊਥ ਕੀ ਵੀ ਬਾਤ ਕਰੂੰਗਾ, ਮੈਂ ਨੌਰਥ ਕੀ ਵੀ ਬਾਤ ਕਰੂੰਗਾ ਔਰ ਵੈਸਟ ਕੀ ਵੀ ਔਰ ਈਸਟ ਕੀ ਵੀ ਬਾਤ ਕਰੂੰਗਾ। ਕਿਸਾਨ ਹਰ ਤਰਫ ਕਹੀਂ ਨਾ ਕਹੀਂ ਪਰੇਸ਼ਾਨੀ ਮੇਂ ਜੂਝਦਾ ਹੋਇਆ ਨਜ਼ਰ ਆਤਾ ਹੈ, ਇਸਕੇ ਮੂਲਭੂਤ ਕਾਰਨ ਕਿਆ ਹੈ? ਇਹਦਾ ਮੁੱਖ ਕਾਰਨ ਜਿਹੜੇ ਕੇਂਦਰ ਦੇ ਵਿੱਚ ਔਰ ਸਟੇਟਸ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਰਹੀਆਂ ਹੈਗੀਆਂ ਉਹ ਜ਼ਿੰਮੇਵਾਰ ਰਹੀਆਂ। ਤੁਹਾਨੂੰ ਤਾਂ ਬਹੁਤ ਹੀ ਥੋੜ੍ਹਾ ਜਿਹਾ ਸਮਾਂ ਮਿਲਿਆ ਹੈਗਾ ਔਰ ਉਸੇ ਦਿਨ ਤੋਂ ਅਸੀਂ ਕੋਸ਼ਿਸ਼ ਦੇ ਵਿੱਚ ਹੈਗੇ ਹਾਂ ਵੀ ਜਿਹੜਾ ਕਿਸਾਨ ਹੈਗਾ, ਦੇਸ਼ ਦਾ ਕਿਸਾਨ ਜਿਹੜਾ ਹੈਗਾ ਉਹ ਖੁਸ਼ਹਾਲ ਹੋਵੇ ਔਰ ਉਹਦੀ ਜਿਹੜੀ ਆਮਦਨੀ ਹੈਗੀ ਆ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੇ ਪਿਛਲੀ ਸਰਕਾਰ ਦੇ ਦੌਰਾਨ ਹੀ ਕਹਿ ਦਿੱਤਾ ਸੀ ਵੀ 2022 ਤੱਕ ਮੈਂ ਕਿਸਾਨਾਂ ਦੀ ਜਿਹੜੀ ਆਮਦਨ ਹੈਗੀ ਆ ਉਹ ਦੁੱਗਣੀ ਕਰੂੰਗਾ ਔਰ ਜਿਹੜਾ ਉਹ ਪ੍ਰੋਮਿਸ ਕੀਤਾ ਹੈਗਾ ਉਹ ਅਸੀਂ ਪੂਰਾ ਕਰਨ ਜਾ ਰਹੇ ਹਾਂ, ਉਹ ਹੋਏਗਾ ਵੀ ਕਿਉਂਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਨੇ ਪਿੰਡਾਂ ਤੋਂ ਲੈ ਕੇ ਸਾਰਾ ਦੇਸ਼ ਦੇਖਿਆ ਹੈਗਾ। ਆਤਮ ਨਿਰਭਰ ਬਣਾਉਣ ਕੇ ਲੀਏ ਕੇਂਦਰ ਨੇ
किसानों के लिए वन नेशन वन एग्री स्कीम लॉन्च करी है, अभी ऑर्डिनेंस पास किया, जिसमें कहा जा रहा है कि हम इंस्पेक्टर राज को पूरी तरह से ख़त्म करेंगे। किसानों को मंडियों में जिस तरह का उनके साथ जो धांधलियाँ होती थी या जिस तरह से उनको इंस्पेक्टर राज के तहत आके काम करना पड़ता था मजबूरी में, वो दूर होंगी। लेकिन आप ही के बीजेपी शासित ऐसे प्रदेश हैं जो कि उसको लागू करने में असक्षम है या उनकी रीति नीतियाँ केंद्र की सरकार से अलग हैं। उदाहरण के रूप में हरियाणा सरकार में अगर बता दें तो केंद्र ये कहता है कि चाहे वो यूपी का किसान हो या राजस्थान का किसान हो या पंजाब का किसान, वो हरियाणा में भी जाके बेच सकता है। यहाँ पर हरियाणा सरकार जो कि बीजेपी की सरकार है वो ये कहती है कि किसान जो हैं उनका कार्ड बनेगा और उसी तरह उसी के तहत वो बेच सकते हैं, तो फिर वो बाहर का किसान कैसे आके यहाँ बेच पाएगा? देखो, एक तरह जिहड़ियां मंडियां हैगियां वह ऑनलाइन कीतियां जा रही है, जिहड़ी फूड कारपोरेशन ऑफ इंडिया हैगा, और उहदे बारे जदों कांग्रेस का जमाना सी और लोगों के बीच ये गल जा रही थी भी फूड कारपोरेशन ऑफ इंडिया नहीं है, ये फुल करप्शन ऑफ इंडिया हैगा, वह ऑनलाइन की हैगी है, और जिदे विचों करप्शन खत्म नहीं सी हुंदी, वह सारा बाहर कढ़िया हैगा सिस्टम और ऑनलाइन चल रहा हैगा। और ये भी ये सच्चाई नहीं हैगी भी हरियाणा पाबंदी ला रहा जां होर ला रहा, और सारियां साडियां स्टेटां और केंद्र तो लैके असी सारे किसानों लिए काम कर रहे हैं और कोई पाबंदी नहीं, और बकायदा ये ऑर्डीनेंस पास होए हैगा, केंद्र सरकार ने ऑर्डीनेंस लियांदे हैगे आ। नहीं, पंजाब का जिहड़ा किसान सीगा उहदा मन जिहड़ा सीगा उह मसोसिया रह जांदा सी, क्योंकि जदों पंजाब दे विच फसलां उह वेचण जांदे सीगे, पंजाब दे विच मंडियां दे विच अंबार लग जांदे सी, फसलां दे ढेर लग जांदे सी, और उहनूं शाम नूं ਉਹਦੀ ਜਿਹੜੀ ਸੀ ਫਸਲ ਦੀ ਜਿਹੜੀ ਚਕਾਈ ਜਾਂ ਵੇਚਿਆ ਨਹੀਂ ਸੀ ਜਾਂਦਾ ਹੈਗਾ, ਔਰ ਉਹ ਗਿਲਾ ਕਰਦੇ ਸੀ ਵੀ ਹਰਿਆਣੇ ਦਾ ਜਿਹੜਾ ਕਿਸਾਨ ਆ ਉਹ ਸਵੇਰੇ ਆਉਂਦਾ ਹੈਗਾ ਔਰ ਸ਼ਾਮ ਨੂੰ ਆਪਣੀ ਫਸਲ ਵੇਚ ਕੇ ਫਰੀ ਹੋ ਕੇ ਉਹ ਆਪਣਾ ਘਰ ਚਲਾ ਜਾਂਦਾ ਹੈਗਾ। ਔਰ ਭਾਰਤੀ ਕਿਸਾਨ ਯੂਨੀਅਨਸ ਜਿਹੜੀਆਂ ਹੈਗੀਆਂ, ਕਿਸਾਨ ਜਥੇਬੰਦੀਆਂ, ਉਸ ਸਮੇਂ ਤਕਰੀਬਨ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀ ਉਹ ਹੱਕ ਦੀ ਗੱਲ ਕਰਦੇ ਹੋਏ ਵੀ ਅਸੀਂ ਕਿਸਾਨਾਂ ਦੀ ਹੱਕ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ ਗੱਲ ਕਰਦੇ ਹੈਗੇ ਹਾਂ, ਉਹ ਆਵਾਜ਼ ਬੁਲੰਦ ਕਰਦੀਆਂ ਸੀਗੀਆਂ ਵੀ ਜਿਹੜੀ ਪੰਜਾਬ ਦੀ ਜਿਹੜੀ ਫਸਲ ਹੈਗੀ ਆ ਉਹ ਸਾਨੂੰ ਹਰਿਆਣਾ 'ਚ ਜਾਂ ਹੋਰ ਸਟੇਟਾਂ ਦੇ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਹੈਗੀ ਆ, ਔਰ ਪਿੱਛੇ ਆ ਆਰਡੀਨੈਂਸ ਪਾਸ ਕੀਤਾ ਹੈਗਾ। ਔਰ ਫਿਰ ਇਹ ਵੀ ਕਹਿੰਦੇ ਸੀ ਵੀ ਜਦੋਂ ਸਾਨੂੰ ਇਹ ਅਲਾਓ ਨਹੀਂ ਕਰ ਰਹੇ ਹੈਗੇ, ਅਸੀਂ ਥੋੜ੍ਹੇ ਥੋੜ੍ਹੇ ਬੈਗਸ ਦੇ ਵਿੱਚ ਜਾਂ ਟਰਾਲੀਆਂ ਦੇ ਵਿੱਚ ਫਸਲ ਲਿਜਾ ਕੇ ਅਸੀਂ ਬਾਰਡਰ ਕਰੋਸ ਕਰਾਂਗੇ ਔਰ ਅਸੀਂ ਆਪਣੀ ਗ੍ਰਿਫਤਾਰੀ ਦੇਵਾਂਗੇ ਔਰ ਸਾਨੂੰ ਗ੍ਰਿਫਤਾਰ ਕਰਨ ਅਸੀਂ ਮੋਰਚਾ ਚਲਾਵਾਂਗੇ। ਚਲੋ, ਇਹ ਤਾਂ ਆਪਣੇ ਰਾਜਨੀਤੀ ਦੀ ਬਾਤ ਕਰਦੀ, ਲੇਕਿਨ ਰਾਜਨੀਤੀ ਨਹੀਂ ਜੀ, ਗੱਲ ਇਹ ਆ ਦੇਖੋ ਇੱਕ ਸਾਨੂੰ ਸਹੂਲਤ ਮਿਲੀ ਹੈਗੀ ਆ ਔਰ ਉਹਦੇ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਹੋਣਾ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਔਰ ਸਾਰਿਆਂ ਨੇ ਲੋਕਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਹੈਗਾ ਵੀ ਅਸੀਂ ਤੁਹਾਨੂੰ ਸਹੂਲਤ ਦਿੱਤੀ ਹੈਗੀ ਆ, ਲੇਕਿਨ ਰਾਜਨੀਤੀ ਉਹ ਕਰ ਰਹੇ ਹੈਗੇ ਆ ਵੀ ਬਿਨਾਂ ਸਮਝਾਏ ਬਿਨਾਂ ਦੱਸੇ, ਔਰ ਉਹ ਕਹਿੰਦੇ ਜੀ ਇਹ ਤਾਂ ਤੁਹਾਡਾ ਨੁਕਸਾਨ ਹੋ ਗਿਆ ਹੈਗਾ, ਇਹਦੇ ਨਾਲ ਤਾਂ ਜੀ MSP ਜਿਹੜੀ ਹੈਗੀ ਆ ਉਹ ਖਤਮ ਹੋ ਜਾਣੀ ਹੈਗੀ ਆ ਜੀ, ਇਹਦੇ ਨਾਲ ਮੰਡੀਕਰਨ ਖਤਮ ਹੋ ਜਾਣਾ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਹੋਣਾ ਨੇ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਨੇ ਔਰ ਸਾਰਿਆਂ ਨੇ, ਔਰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈਗਾ, ਦੇਸ਼ ਦਾ ਖੇਤੀਬਾੜੀ ਮੰਤਰੀ ਕਹਿ ਰਿਹਾ ਹੈਗਾ ਔਰ ਵਾਰ ਵਾਰ ਕਹਿ ਰਹੇ ਹੈਗੇ ਆ ਵੀ MSP ਸੀ ਹੈ ਔਰ ਫਿਊਚਰ ਦੇ ਵਿੱਚ ਵੀ ਉਹ ਜਾਰੀ ਰਹੂਗੀ ਔਰ ਮੰਡੀਕਰਨ ਸਿਸਟਮ 'ਤੇ ਕੋਈ ਪ੍ਰਭਾਵ ਨਹੀਂ ਪਏਗਾ। ਮੈਂ ਆਪਣੀ ਬਾਤ ਕਰਨਾ ਚਾਹੂੰਗਾ ਕਿ ਆਪਣਾ ਇਹ ਬਾਤ ਕਰਦੀ
हम मोर्चा खोलेंगे, ये करेंगे, और आपने पंजाब की बात करी, पंजाब के किसान की बात करी। नो नो, जो किसान यूनियन है, जो भारतीय किसान यूनियन है, देखो वो जम्मू जम्मू कश्मीर दे विच भी है गया, सारियां स्टेटां दे विच है गया, मुझे पंजाब दे विच की बात चली आ, और पंजाब दे विच भी राजनीति तो वो लोग कर रहे है गया। मतलब ये आ भी असीं किसानां दी गल करदे आ, जे सानू किसान किसानां दे हक दे विच गल हो रही आ, जे किसानां दे हक दे विच गल हो रही हैगी आ, उहनां नूं कोई फायदा मिल रहा हैगा, ਇਹ ਜਥੇਬੰਦੀਆਂ ਨੂੰ ਉਹ ਗੱਲਾਂ ਜਾ ਕੇ ਕਿਸਾਨਾਂ ਦੇ ਵਿੱਚ ਦੱਸਣੀਆਂ ਚਾਹੀਦੀਆਂ ਵੀ ਤੁਹਾਨੂੰ ਇਸ ਚੀਜ਼ ਦਾ ਘਾਟਾ ਨਾ ਪੈ ਜਾਵੇ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਅਸੀਂ ਪਿੱਛੇ ਰਹੇ ਹੋਏ ਹੈਗੇ ਹਾਂ ਆਪਾਂ ਨੂੰ ਇਹ ਫਾਇਦਾ ਮਿਲ ਰਿਹਾ ਹੈਗਾ, ਆਪਾਂ ਫਾਇਦਾ ਲਈਏ, ਫਿਰ ਤਾਂ ਅਸੀਂ ਕਹਿੰਦੇ ਹਾਂ ਵੀ ਇਹ ਹੱਕਾਂ ਲਈ ਸਾਡੇ ਲਈ ਸੰਜੀਦਾ ਹੈਗਾ। ਨਫੇ ਨੁਕਸਾਨ ਕੀ ਆਪਣੇ ਬਾਤ ਕਰੀ, ਪੰਜਾਬ ਕੀ ਬਾਤ ਕਰੀ, ਪੰਜਾਬ ਕੇ ਕਿਸਾਨ ਕੀ ਬਾਤ ਕਰੀ, ਹਰਿਤ ਕ੍ਰਾਂਤੀ ਕਾ ਪ੍ਰਦੇਸ਼ ਕਹਿਲਾਤਾ ਹੈ ਪੰਜਾਬ, ਲੇਕਿਨ ਆਜ ਹਾਲਤ ਇਹ ਹੈ ਕਿ ਵਹਾਂ ਕੀ ਜੋ ਫਰਟਾਈਲ ਲੈਂਡ ਥੀ ਵੋ ਆਜ ਕੀ ਡੇਟ ਮੈਂ ਕੈਮੀਕਲ ਲੈਂਡ ਹੋ ਚੁੱਕੀ ਹੈ। आपके देखते देखते चाहे केंद्र में जो मर्जी सरकार रही हो या पंजाब में जो मर्जी सरकार रही हो, और आई थिंक मैं समझता हूँ बिल्कुल ठीक ये बात है कि दो टर्म तो आप ही का बीजेपी अकाली का कोलिशन गवर्नमेंट थी बकायदा यहाँ पे, और बावजूद किसान त्रस्त था, और आज की डेट में वहाँ पे केमिकल लैंड के रूप में अगर यहाँ की सब फसलें हो रही हैं, यहाँ की सब्जियाँ, यहाँ के फ्रूट्स जो हैं उनमें केमिकल बकायदा पाया जा रहा है, लैब टेस्ट किए जा रहे हैं जिनमें पंजाब की जो फर्टाइल लैंड कहलाती थी वो आज केमिकल लैंड के रूप में निकल के आ रही है, तो वो कहाँ वो इतना पेस्टिसाइड जो आज यूज है। एक दिन दे विच तां हो नहीं गई, 10 साल आपकी सरकार थी, नहीं एक दिन जिहड़ा एक 65 साल का एक बहुत बड़ा एक ह्यूज ਅੰਬਾਰ ਲੱਗ ਗਿਆ ਹੈਗਾ, ਔਰ ਸਾਡਾ ਉਹ ਜਿਹੜੀ ਜ਼ਮੀਨ ਹੈਗੀ ਆ ਬਿਮਾਰ ਹੋ ਗਈ 65-70। ਸੁਧਾਰਾਤਮਕ ਮਤਲਬ ਇਹ ਆ ਵੀ ਜਦੋਂ ਅਸੀਂ ਔਰਗੈਨਿਕ ਖੇਤੀ ਦੇ ਰੂਪ ਦੇ ਵਿੱਚ ਅਸੀਂ ਲਿਆ ਰਹੇ ਹੈਗੇ ਹਾਂ, ਔਰ ਉਹਦੇ ਲਈ ਕੈਂਪ ਵੀ ਲਾ ਰਹੇ ਹੈਗੇ ਹਾਂ, ਔਰ ਜਿਹੜੇ ਸਾਡੇ ਯੂਨੀਵਰਸਿਟੀਜ਼ ਦੇ ਲੋਕ ਨੇ ਉਹ ਵੀ ਸਮਝਾ ਰਹੇ ਹੈਗੇ ਆ, ਦੂਜੀ ਗੱਲ ਇਹ ਆ ਵੀ ਹੁਣ ਸਾਡੇ ਕਿਸਾਨ ਵੀ ਜਾਗਰੂਕ ਨੇ, ਉਹਨਾਂ ਨੂੰ ਪਤਾ ਹੈਗਾ ਵੀ ਜਿਹੜਾ ਕੈਮੀਕਲ ਹੈਗਾ, ਜਿਵੇਂ ਹੁਣ ਬਿਮਾਰੀਆਂ ਹੈਗੀਆਂ ਨੇ, ਇਹ ਜੇ ਅਸੀਂ ਇੱਥੇ ਫਸਲ ਵੱਧ ਲਈ ਹੈਗੀ ਆ, ਉਦੋਂ ਤਾਂ ਹਰੀ ਕ੍ਰਾਂਤੀ ਦਾ ਵੀ ਦਿੰਦੇ ਸੀ, ਚਿੱਟੀ ਕ੍ਰਾਂਤੀ ਦਾ ਵੀ ਸਲੋਗਨ ਦਿੰਦੇ ਸੀ, ਲੇਕਿਨ ਜਿਹੜੇ ਸਲੋਗਨ ਦਿੰਦੇ ਸੀ ਜਿਨ੍ਹਾਂ ਦਾ ਲੰਬਾ ਸਮਾਂ ਰਾਜ ਰਿਹਾ, ਉਹਨਾਂ ਨੂੰ ਇਹ ਦੱਸਣਾ ਵੀ ਬਣਦਾ ਸੀ ਵੀ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਤੁਹਾਨੂੰ ਖਮਿਆਜੇ ਔਰ ਬਿਮਾਰੀਆਂ ਕੰਟੀਨਿਊ ਆਪਕਾ ਵੀ ਰਾਜ ਰਿਹਾ ਹੈ। ਦੇਖੋ ਤੁਸੀਂ 60 ਸਾਲ ਦੀ ਗੱਲ ਨਹੀਂ ਕਰਦੇ, ਤੁਸੀਂ 10 ਸਾਲ ਦੀ ਗੱਲ ਕਰਦੇ ਹੋ, ਜਿਹੜੇ ਵੀ 10 ਸਾਲ ਵੀ ਅਜੇ ਪੂਰੇ ਨਹੀਂ ਹੋਏ, ਪਹਿਲੇ ਵੀ ਸਰਕਾਰ ਆਈ ਹੈ ਗਈ ਹੈ, ਤਾਂ ਅਕਾਲੀ ਦਲ ਰਾਜ ਤੋਂ ਰਹੀ ਆ। ਦੇਖੋ ਅਕਾਲੀ ਦਲ ਦੀ ਜਿਹੜੀ ਸਰਕਾਰ, ਦੇਖੋ ਜਦੋਂ ਸੈਂਟਰ ਦੇ ਵਿੱਚ ਹੋਵਾਂਗੇ, ਔਰ ਸੈਂਟਰ ਦੀ ਸਪੋਰਟ ਦੇ ਨਾਲ ਹੀ ਜਿਹੜੀਆਂ ਸਟੇਟ ਗੌਰਮੈਂਟਸ ਹੈਗੀਆਂ ਉਹਨਾਂ ਦੀ ਮਦਦ ਦੇ ਨਾਲ ਹੀ ਉਹ ਥੱਲੇ ਆਪਣੇ ਸਾਰੇ ਲੋਕਾਂ ਨੂੰ ਸੰਭਾਲ ਸਕਦੀਆਂ ਹੈਗੀਆਂ। ਜੇ ਕੇਂਦਰ ਤੋਂ ਪੈਸਾ ਨਹੀਂ ਆਊਗਾ, ਕੇਂਦਰ ਤੋਂ ਹੀ ਪੋਲਿਸੀ ਨਹੀਂ ਬਣੂਗੀ, ਕੇਂਦਰ ਹੀ ਸਪੋਰਟ ਨਹੀਂ ਕਰੂਗਾ, ਕੇਂਦਰ ਹੀ ਹੱਥ ਨਹੀਂ ਫੜੂਗਾ, ਤਾਂ ਫਿਰ ਉੱਥੇ ਇਕੱਲੀ ਥੱਲੇ ਵਾਲੀ ਸਟੇਟ ਦੀ ਗੌਰਮੈਂਟ ਕਰੂਗੀ। ਪ੍ਰਭਾਰੀ ਜੰਮੂ ਐਂਡ ਕਸ਼ਮੀਰ ਕੇ ਰੂਪ ਮੈਂ ਆਪਕੇ ਪਾਸ ਅਭੀ ਜ਼ਿੰਮੇਦਾਰੀ ਹੈ, ਪਹਿਲੇ ਕਰੋ ਨਾ, ਔਰ ਉਸੇ ਪਹਿਲੇ 6 ਮਹੀਨੇ ਕਾ ਲੋਕਡਾਊਨ 370 ਕੇ ਲਈ ਅਗਸਤ ਮੇਂ ਜਬ ਲਗਾ ਥਾ। भारत का किसान आज जम्मू एंड कश्मीर का जो खासकर किसान है, जहाँ पे खासकर खेती के रूप में एप्पल है, सैफरन जैसी महंगी एक फसल है जो वहाँ होती है और स्पेशलिटी है वहाँ की, वो किसान आज एक साल से त्रस्त है, उसके लिए किस तरह की पॉलिसीज हैं? देखो सारे का सारा पहला तो धारा 370 तोड़ के और 35 ये जी खत्म करके समाप्त करके, और एक वर्ल्ड दे विच हुण असीं कह सकते हैं या भी कश्मीर तो लैके कन्याकुमारी तक भारत एक हैगा। ਪਹਿਲਾਂ ਉੱਥੇ ਪ੍ਰੋਬਲਮਸ ਸੀਗੀਆਂ, ਕੇਂਦਰ ਤੋਂ ਪੈਸਾ ਆਉਂਦਾ ਸੀ ਲੇਕਿਨ ਅਸੀਂ ਆਡਿਟ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਪੁੱਛ ਨਹੀਂ ਸੀ ਸਕਦੇ ਵੀ ਕਿੱਥੇ ਇਹ ਖਰਚਿਆ ਹੈਗਾ, ਔਰ ਉਹ ਜਿਹੜਾ ਸੀਗਾ ਉਹ ਵੱਡੇ ਵੱਡੇ ਲੋਕ ਜਿਹੜੇ ਸੀ ਉਹ ਗ੍ਰੈਬ ਕਰ ਲੈਂਦੇ ਸੀ, ਉੱਥੇ ਗਰੀਬ ਲੋਕਾਂ ਨੂੰ ਕੁਛ ਨਹੀਂ ਸੀ ਮਿਲਦਾ, ਔਰ ਈਵਨ ਜਦੋਂ ਪ੍ਰੈਜੀਡੈਂਟ ਰੂਲ ਲੱਗਿਆ ਹੈਗਾ ਉੱਥੇ ਦੇ ਲੋਕਾਂ ਨੇ ਕਿਹਾ ਵੀ ਬਹੁਤ ਅੱਛਾ ਹੋਇਆ, ਉਹਨਾਂ ਨੂੰ ਪੁੱਛਿਆ ਵੀ ਕਿਉਂ, ਤੁਸੀਂ ਤਾਂ ਕਹਿੰਦੇ ਸੀ ਵੀ ਸਰਕਾਰ ਸਾਡੀ ਚੁਣੀ ਹੋਈ ਆ, ਤੁਸੀਂ ਪ੍ਰੈਜੀਡੈਂਟ ਰੂਲ ਬਾਰੇ ਕਿਉਂ ਕਰ ਰਹੇ ਹੋ? ਕਹਿੰਦੇ ਜੀ ਜਦੋਂ
ਜਦੋਂ ਇੱਥੇ ਪ੍ਰੈਜ਼ੀਡੈਂਟ ਰੂਲ ਲੱਗਿਆ ਤਾਂ ਪਿੰਡਾਂ ਦੇ ਵਿੱਚ ਸੁਧਾਰ ਹੋਇਆ, ਚਾਹੇ ਉਹ ਹੋਸਪਿਟਲਸ ਨੇ, ਚਾਹੇ ਉਹ ਸਰਕਾਰੀ ਸਕੂਲ ਨੇ, ਚਾਹੇ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਮਦਦ ਸਟੇਟ ਵੱਲੋਂ ਜਾਂਦੀ ਹੈਗੀ ਆ ਜਾਂ ਹੋਰ ਆ ਕੇਂਦਰ ਵੱਲੋਂ, ਉਹ ਪ੍ਰੋਪਰ ਜਾਂਦੀ ਹੈਗੀ ਆ। ਨਹੀਂ, ਅਬ ਚੈਨਲ ਆਪ ਕਿਆ ਇਖਤਿਆਰ ਕਰ ਰਹੇ ਹੈ, ਮੈਂ ਉਸੇ ਜਾਣਾ ਚਾਹੂੰਗਾ। ਅਗਰ ਕਟ ਸ਼ੋਟ ਮੈਂ ਬਤਾ ਪਾਏ ਕਿ ਜੋ ਕੇਂਦਰ ਕੀ ਰੀਤੀ ਨੀਤੀ ਆ ਰਹੀ ਹੈ, ਜੋ ਕਿਸਾਨੋਂ ਕੀ ਰੀਤੀ ਨੀਤੀ ਹੈ ਜੋ ਪੂਰੇ ਦੇਸ਼ ਮੇਂ ਲਾਗੂ ਹੋ ਰਹੀ ਹੈ, ਅਬ ਜੰਮੂ ਐਂਡ ਕਸ਼ਮੀਰ ਕਾ ਕਿਸਾਨ ਕਿਸ ਤਰ੍ਹਾਂ ਸੇ ਉਸ ਸੇ ਬੈਨੀਫਿਟ ਲੇਗਾ? ਜੈਸੇ ਦੇਸ਼ ਦੇ ਕਿਸਾਨ ਨੂੰ ਸਾਰੀਆਂ ਫੈਸਿਲਿਟੀਜ਼ ਮਿਲਣਗੀਆਂ, ਔਰ ਜੰਮੂ ਐਂਡ ਕਸ਼ਮੀਰ ਵੀ ਹੁਣ ਇਹ ਆ ਵੀ ਉੱਥੇ ਵੀ ਮਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ, ਕੇਂਦਰ ਦੀ, ਸਾਰੇ ਦੀ, ਸਾਡੇ ਮਿਨਿਸਟਰਸ ਜਾ ਰਹੇ ਹੈਗੇ ਆ, ਔਰ ਉਹਨਾਂ ਦਾ ਹਫ਼ਤੇ ਹਫ਼ਤੇ 10-10 ਦਿਨ ਦਾ ਟੂਰ ਹੈਗਾ ਉੱਥੇ, ਸਾਰਾ ਉਹਨਾਂ ਨੂੰ ਦੱਸ ਰਹੇ ਹੈਗੇ ਆ, ਐਜੂਕੇਟ ਕਰ ਰਹੇ ਹੈਗੇ ਆ। ਓਨਰੇਬਲ ਗਵਰਨਰ ਸਾਹਿਬ ਉੱਥੇ ਜਿਹੜੇ ਹੈਗੇ ਆ, ਉਹਨਾਂ ਦਾ ਸਾਰਾ ਜਿਹੜਾ ਸਿਸਟਮ ਹੈਗਾ ਉਹ ਇਸ ਗੱਲ 'ਤੇ ਲੱਗਿਆ ਹੋਇਆ ਹੈਗਾ ਵੀ ਦੂਰ ਦਰਾਜ ਪਹਾੜੀ ਇਲਾਕਿਆਂ ਦੇ ਵਿੱਚ ਵੀ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਵੀ ਆਹ ਕੇਂਦਰ ਦੀਆਂ ਸਾਨੂੰ ਸਹੂਲਤਾਂ ਮਿਲ ਰਹੀਆਂ ਹੈਗੀਆਂ, ਔਰ ਅਸੀਂ ਇਸ ਲਾਈਨ 'ਤੇ ਚੱਲੀਏ, ਔਰ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ, ਕਿਸਾਨ ਮੋਰਚਾ, ਉਹ ਵੀ ਕਦੇ ਪਿੱਛੇ ਨਹੀਂ ਰਹੂਗਾ, ਔਰ ਉਹਨਾਂ ਦੀ ਜਿਹੜੀ ਜੇਬ ਆ ਉਹਦੇ ਵਿੱਚ ਵੀ ਕੁਛ ਨਾ ਪਏ। ਕੇਂਦਰ ਸਰਕਾਰ ਦੀ ਤਰਫ ਵਾਧਾ ਸਪੈਸ਼ਲ ਪੈਕੇਜ ਹੈ ਜੋ ਜੰਮੂ ਐਂਡ ਕਸ਼ਮੀਰ ਕਿਸਾਨਾਂ ਕੋਲ ਅਕਸਰ ਦਿਆ ਜਾ ਰਿਹਾ। ਦੇਖੋ ਗੱਲ ਇਹ ਆ, ਇਹ ਦੇਖਣਾ ਕੇਂਦਰ ਦਾ ਫਰਜ਼ ਬਣਦਾ ਹੈਗਾ, ਔਰ ਉਹਨੇ ਦੇਖਣਾ ਹੈਗਾ ਇੱਕ ਜਿਵੇਂ ਮਾਂ ਦੇਖਦੀ ਹੈਗੀ ਆ ਵੀ ਮੇਰਾ ਬੱਚਾ ਕਿਹੜਾ ਤਕੜਾ ਹੈਗਾ, ਕਿਹੜਾ ਕਮਜ਼ੋਰ ਹੈਗਾ, ਜਿਹੜਾ ਕਮਜ਼ੋਰ ਹੈਗਾ ਉਹਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈਗਾ, ਜਿਹੜਾ ਤਕੜਾ ਹੁੰਦਾ ਹੈਗਾ ਉਹਨੂੰ ਉਸ ਹਿਸਾਬ ਨਾਲ ਜਿਹੜਾ ਹੈਗਾ ਵਰਤਿਆ ਜਾਂਦਾ ਹੈਗਾ, ਕਿਉਂਕਿ ਜਿਹੜੀਆਂ ਕੇਂਦਰ ਦੀਆਂ ਜਿਹੜੀਆਂ ਪੋਲਿਸੀਜ਼ ਨੇ ਔਰ ਸਾਰਾ ਕੁਛ ਉਹ ਵਾਚਦੇ ਹੋਏ ਵੀ ਕਿੱਥੇ ਕਿੱਥੇ ਕਮੀ ਹੈਗੀ ਆ, ਕਿਹੜੀ ਕਿਹੜੀ ਸਟੇਟ ਦੇ ਵਿੱਚ ਕੀ ਕਮੀ ਹੈਗੀ ਆ, ਉਹ ਸਾਰਾ ਕੁਛ ਦੇਖਦੇ ਹੋਏ, ਸਾਰਾ ਖਾਕਾ ਤਿਆਰ ਕਰਦੇ ਹੋਏ ਉਸ ਹਿਸਾਬ ਨਾਲ ਚਲਾਇਆ ਜਾ ਰਿਹਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪ ਦੇਖੋਗੇ ਵੀ ਜਿਹੜਾ ਭਾਰਤ ਦਾ ਕਿਸਾਨ ਹੋਊਗਾ ਉਹ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਊਗਾ, ਉਹ ਵਾਕਈ ਖੁਸ਼ਹਾਲ ਕਿਸਾਨ ਦੇ ਤੌਰ 'ਤੇ ਆਲ ਓਵਰ ਵਰਲਡ ਦੇ ਵਿੱਚ ਜਾਣਿਆ ਜਾਊਗਾ। ਜਿਤਨੀ ਖੁਦਕੁਸ਼ੀਆਂ ਅੱਜ ਤੱਕ ਐਗਰੀਕਲਚਰ ਮੇਂ ਰਿਲੇਟਡ ਲੋਕਾਂ ਕੀ ਹੋਈ ਹੈ, ਸ਼ਾਇਦ ਮੈਂ ਸਮਝਦਾ ਹਾਂ ਐਸਾ ਹੋਰ ਕੋਈ ਸੈਕਟਰ ਨਹੀਂ ਹੋਗਾ ਜਿਤਨੀ ਖੁਦਕੁਸ਼ੀਆਂ ਕੇਵਲ ਫਾਰਮਰਸ ਸੀ ਜਾਂ ਐਗਰੀਕਲਚਰ ਕੇ ਲੋਕਾਂ ਸੇ ਰਿਲੇਟਡ ਜੋ ਜੁੜੇ ਹੋਏ ਲੋਕ ਥੇ ਉਹਨਾਂ ਕੀ ਹੈ, ਕਿਆ ਹੈ ਇਸ ਕਮੇਨ ਮੁੱਦਾ, ਉਹਦਾ ਕਿਸਾਨ ਕਿਉਂ ਤਰਸਦੇ? ਉਹਦਾ ਕਾਰਨ ਇਹ ਹੈਗਾ, ਦੇਖੋ ਜਿਹੜਾ ਕੰਮ ਭਾਰਤ ਸਰਕਾਰ ਨੂੰ ਕਰਨਾ ਬਣਦਾ ਸੀ ਉਹ ਕਿਸਾਨ ਨੇ ਕੀਤਾ, ਔਰ ਉੱਥੇ ਫਸਲਾਂ 'ਤੇ ਜਿਹੜਾ ਖਰਚਾ ਸੀਗਾ ਉਹਨੂੰ ਤਿਆਰ ਕਰਨ 'ਤੇ, ਉਹਨੂੰ ਬੀਜਣ ਤੋਂ ਲੈ ਕੇ ਸਾਂਭਣ ਤੱਕ, ਵੇਚਣ ਤੱਕ ਉਹ ਖਰਚਾ ਜ਼ਿਆਦਾ ਸੀ ਔਰ ਉਹਨੂੰ ਕਮਾਈ ਘੱਟ ਸੀ, ਔਰ ਜੇ ਸਸਤਾ ਅਨਾਜ ਦੇਣਾ ਹੈਗਾ ਉਹ ਕੇਂਦਰ ਸਰਕਾਰ ਦੇਵੇ, ਸਟੇਟ ਗਵਰਨਮੈਂਟ ਦੇਵੇ, ਉਹ ਕਿਸਾਨ ਦਾ ਕੰਮ ਨਹੀਂ ਹੈਗਾ। ਲੇਕਿਨ ਸਾਡੇ ਨਾਲ ਇਹ ਹੋਇਆ ਰਿਹਾ 65-70 ਸਾਲ ਦੇ ਵਿੱਚ ਵੀ ਸਾਨੂੰ ਸਾਡੀ ਜਿਹੜੀ ਖਰਚਾ ਜ਼ਿਆਦਾ ਸੀ ਔਰ ਆਮਦਨੀ ਸਾਨੂੰ ਘੱਟ ਸੀ, ਔਰ ਇਹਦੇ ਨਾਲ ਜੀ ਲੋਕਾਂ ਦੇ ਵਿੱਚ ਮਹਿੰਗਾਈ ਦੀ ਨਾ ਵਧੇ ਜਾਂ ਹੋਰ ਆ, ਜਿਹੜਾ ਕੰਮ ਜਾਣੀ ਕਿ ਸਰਕਾਰ ਨੇ ਕਰਨਾ ਸੀ ਉਹ ਸਰਕਾਰ ਆ, ਉਹ ਸਰਕਾਰ ਦੀ ਬਜਾਏ ਉਹ ਕਿਸਾਨਾਂ ਤੋਂ ਕਰਾਉਂਦੇ ਰਹੇ। ਹੁਣ ਮਤਲਬ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੂੰ ਵੀ ਬਰਾਬਰ ਵਧੀਆ ਆਮਦਨ ਹੋਊਗੀ, ਲੋਕਾਂ ਨੂੰ ਵੀ ਪ੍ਰੋਪਰ ਸਹੀ ਢੰਗ ਦੇ ਨਾਲ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਹੈਗਾ ਚਲਾਉਣ ਜਾ ਰਹੇ। ਆਪ ਜੋ ਪੋਲਿਸੀ ਜੋ ਆਰਡੀਨੈਂਸ ਲਾਂਚ ਕਰਤੇ ਹੈ ਉਸਮੇ ਹਮੇਸ਼ਾ ਕੈਬਨਿਟ ਸਰਕਾਰ ਕਹਤੀ ਹੈ ਕਿ ਕੋਈ ਨਾ ਕੋਈ ਖਾਮੀ ਹੈ ਔਰ ਕਿਸਾਨ ਫੈਂਡਰੀ ਨਹੀਂ ਹੈ ਔਰ ਇਸ ਆਰਡੀਨੈਂਸ ਕੋ ਹਮ ਨਹੀਂ ਮੰਨਤੇ। ਪਹਿਲਾਂ ਤਾਂ ਕੈਪਟਨ ਸਰਕਾਰ 'ਚ ਹੀ ਖਾਮੀ ਆ, ਕੈਪਟਨ ਸਾਹਿਬ 'ਚ ਹੀ ਖਾਮੀ ਆ। ਕੈਪਟਨ ਸਾਹਿਬ ਤਾਂ ਕਹਿੰਦੇ ਸੀਗੇ ਜੀ ਜਦੋਂ ਅਸੀਂ ਬਣ ਗਏ ਸਾਨੂੰ ਬਣਾ ਦਿਓ, ਗੱਦੀ 'ਤੇ ਬਹਾ ਦਿਓ, ਚਾਹੇ ਉਹ ਵਪਾਰੀ ਦਾ ਕਰਜ਼ਾ ਹੋਵੇ, ਚਾਹੇ ਉਹ ਨੈਸ਼ਨਲਾਈਜ਼ ਬੈਂਕਾਂ ਦਾ ਹੋਵੇ, ਚਾਹੇ ਕੋਪਰੇਟਿਵ ਦਾ ਹੋਵੇ, ਕਿਸੇ ਕਿਸਮ ਦਾ ਕਰਜ਼ਾ ਹੋਊਗਾ ਉਹਦੇ 'ਤੇ ਅਸੀਂ ਲਾਲ ਲਕੀਰ ਫੇਰ ਦਿਆਂਗੇ। ਉਹ ਕਿਸਾਨ ਨੇ ਨਹੀਂ ਦੇਣਾ, ਉਹ ਪੰਜਾਬ ਸਰਕਾਰ, ਕਾਂਗਰਸ ਸਰਕਾਰ ਦਊਗੀ। ਨਹੀਂ ਉਹਦੇ 'ਚ ਕੀ ਹੋਇਆ ਵੀ ਜਦੋਂ ਲੋਕਾਂ ਨੇ ਵੋਟਾਂ ਪਾਈਆਂ, ਮਨ ਬਣਾ ਲਿਆ, ਕੈਪਟਨ ਸਾਹਿਬ ਦੀ ਬੱਲੇ ਬੱਲੇ ਕਰਾਤੀ, ਕੈਪਟਨ ਸਾਹਿਬ ਸੱਤਾ 'ਤੇ ਆ ਗਏ, ਬਰਾਜ ਗਏ, ਉਹਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਆ
ਉਹਦੇ ਮਨ 'ਤੇ ਸੱਟ ਵੱਜੀ, ਕਿਉਂਕਿ ਉਹਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਉਹਨੇ ਕਿਹਾ ਵੀ ਮੇਰੇ ਨਾਲ ਧੱਕਾ ਹੋਇਆ, ਧੋਖਾ ਹੋਇਆ। ਔਰ ਜਿੰਨਾ ਉਹਦਾ ਮਨ ਪੱਕਾ ਸੀ ਔਰ ਜਿਸ ਮਨ ਦੇ ਨਾਲ ਉਹਨੇ ਵੋਟਾਂ ਪਾਈਆਂ ਸੀ, ਉਹਨੂੰ ਜਦੋਂ ਵਾਅਦਾ ਖਿਲਾਫੀ ਹੋਈ ਦਿਸੀ ਤਾਂ 7-7 ਆਤਮ ਹੱਤਿਆਵਾਂ ਇਹ ਕਿਸਾਨਾਂ ਦੀਆਂ ਇਸ ਕੈਪਟਨ ਸਰਕਾਰ, ਕਾਂਗਰਸ ਸਰਕਾਰ ਦੇ ਸਮੇਂ ਦੇ ਵਿੱਚ ਹੋਈਆਂ ਨੇ। ਔਰ ਮੈਂ ਕਹਿੰਦਾ ਵੀ ਇਹ ਜ਼ਿੰਦਗੀ ਭਰ ਇਹਨਾਂ ਦੇ ਮੱਥੇ 'ਤੇ ਕਲੰਕ ਨੇ। ਅਸੀਂ ਓਨੀ ਕੁ ਗੱਲ ਕਰੀਏ ਜਿੰਨੀ ਕੁ ਨਿਭਾ ਸਕਦੇ ਆਪਣੇ ਆਪਣੇ ਲੋਕਾਂ ਦੇ। ਕਿਸਾਨਾਂ ਦੇ ਲਈ ਪੰਜਾਬ ਮੈਂ ਖੜੇ ਨਜ਼ਰ ਨਹੀਂ ਆਉਂਦੇ, ਲੇਕਿਨ ਭਾਜਪਾ ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਰਲ ਕੇ ਇਲੈਕਸ਼ਨਾਂ ਲੜਦੇ ਰਹੇ ਹੈਗੇ ਹਾਂ, ਅੱਗੇ ਵੀ ਲੜਾਂਗੇ। ਔਰ ਕੇਂਦਰ ਵੱਲੋਂ ਇਹ ਸਮਝੌਤਾ ਹੈਗਾ, ਅਕਾਲੀ ਦਲ ਭਾਜਪਾ ਦਾ 9 ਮਾਸ ਦਾ ਰਿਸ਼ਤਾ ਹੈਗਾ। ਔਰ ਇਹ ਨਹੀਂ ਹੈਗਾ ਜੇ ਸਰਕਾਰ ਬਣੀ ਤਾਂ ਉਹ ਭਾਜਪਾ ਅਤੇ ਅਕਾਲੀ ਦਲ ਦੀ ਬਣੀ, ਅਤੇ ਬਈ ਭਾਰਤੀ ਜਨਤਾ ਪਾਰਟੀ ਆਲ ਓਵਰ ਇੰਡੀਆ ਹੈਗੀ ਆ ਅਤੇ ਪੰਜਾਬ 'ਚ ਨਹੀਂ ਹੈਗੀ। ਪੰਜਾਬ 'ਚ ਵੀ ਓਨਾ ਹੀ ਵਜੂਦ, ਓਨੀ ਪਾਵਰ ਰੱਖਦੀ ਹੈਗੀ ਆ। ਔਰ ਉਸੇ ਤਰ੍ਹਾਂ ਅਸੀਂ ਵਰਕਿੰਗ ਸਾਡੀ ਹੈਗੀ ਆ, ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਔਰ ਪੂਰੀ ਟੀਮ ਲੱਗੇ ਹੋਏ ਆ, ਅਸੀਂ ਸਾਰੇ ਲੱਗੇ ਹੋਏ ਹੈਗੇ ਹਾਂ। ਇਹ ਨਹੀਂ ਹੈਗਾ, ਔਰ ਇਹ ਤਾਂ ਇੱਕ ਅਖਬਾਰੀ ਗੱਲਾਂ ਹੋ ਜਾਂਦੀਆਂ ਹੈਗੀਆਂ ਨੇ, ਔਰ ਆਪਾਂ ਕਿਸੇ ਨੂੰ ਦੋਸ਼ ਦੇਈਏ ਜਾਂ ਆਪਾਂ ਕਿਸੇ ਵੱਲ ਉਂਗਲ ਕਰੀਏ। ਇਸ ਕਰਕੇ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਪੂਰੀ ਮਜ਼ਬੂਤ ਆ, ਔਰ ਲੋਕ ਵੀ ਉਹਨੂੰ ਚਾਹੁੰਦੇ ਹੈਗੇ ਆ, ਔਰ ਸਾਰੇ ਤਰੀਕੇ ਨਾਲ। ਲੇਕਿਨ ਰਿਜ਼ਲਟ ਕੁਛ ਹੋਰ ਕਹਤੇ ਹੈ ਗਰੇਵਾਲ ਸਾਹਿਬ, ਆਪਣੇ ਅਗਰ ਇਹ ਬਾਤ ਕਰ ਲਈ ਹੈ ਤਾਂ ਭਾਰਤੀ ਜਨਤਾ ਪਾਰਟੀ ਕਾ ਜੋ ਧਰਾਤਲ ਪੇ ਪੰਜਾਬ ਮੇਂ ਜੋ ਆਜ ਕੀ ਡੇਟ ਮੇਂ ਮੌਜੂਦ ਹੈ, 3 ਸੀਟ ਆਈ ਥੀ ਵਿਧਾਨ ਸਭਾ ਮੇਂ 2017 ਮੇਂ, ਔਰ ਉਸਕੇ ਬਾਅਦ ਉਪ ਚੁਣਾਵ ਜਬ ਹੋਤੇ ਹੈ ਫਗਵਾੜਾ ਕੀ ਸੀਟ ਪਰ, ਤੋ ਵੋ ਵੀ ਚਲੇ ਜਾਤੇ। ਦੇਖੋ ਦੋ ਸੀਟ ਪਰ ਭਾਜਪਾ ਸਿਮਟੀ ਹੋਈ ਹੈ। ਅੱਜ ਤੱਕ ਦੇਸ਼ ਦੇ ਕਿਸੇ ਵੀ ਹਿੱਸੇ 'ਚ ਚਲੇ ਜਾਓ, ਜਿਹੜਾ ਉਪ ਚੁਣਾਵ ਹੈਗਾ ਉਹ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਦੇ ਹੋਏ ਉਹ ਸਰਕਾਰਾਂ ਹੀ ਖਿੱਚ ਕੇ ਲੈ ਜਾਂਦੀਆਂ ਹੈਗੀਆਂ। ਔਰ ਉਹ ਦੂਜੀ ਗੱਲ ਇਹ ਆ ਵੀ ਜੇ ਸਾਨੂੰ ਸੀਟਾਂ ਘੱਟ ਮਿਲੀਆਂ ਤਾਂ ਸਾਡਾ ਜਿਹੜਾ ਸਾਥੀ ਸੀ, ਸਹਿਯੋਗੀ ਸੀ ਸ਼੍ਰੋਮਣੀ ਅਕਾਲੀ ਦਲ, ਉਹਨੂੰ ਵੀ ਘੱਟ ਮਿਲੀਆਂ। ਉਸ ਜੇ ਅਸੀਂ ਰੇਸ਼ੋ ਦੇਖੀਏ ਤਾਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਪਿੱਛੇ ਰਹੇ, ਕਿਉਂ 2014 ਮੈਂ ਤਾਂ ਮੋਦੀ ਸਰਕਾਰ ਸੀ ਤਾਂ ਉਹਨੇ ਜੋ ਡਿਵੈਲਪਮੈਂਟ ਕੀਤਾ ਕਿਆ ਉਹ ਪੰਜਾਬ ਮੈਂ ਆਪ ਸਹੀ ਤਰ੍ਹਾਂ ਸੇ ਦਿਖਾ ਨਹੀਂ ਪਾਇਆ, ਇਸਕਾ ਮਤਲਬ। ਦੇਖੋ ਜੇ ਕੋਈ ਕਮੀਆਂ ਰਹੀਆਂ ਹੈਗੀਆਂ, ਜੇ ਉਸ ਲੋਕਾਂ ਦੇ ਵਿੱਚ ਸਾਡਾ ਮੈਸੇਜ ਨਹੀਂ ਗਿਆ, ਕਈ ਵਾਰ ਜਿਹੜੀ ਡਿਲੀਵਰਿੰਗ ਪਾਵਰ ਹੁੰਦੀ ਹੈ 3 ਸਾਲ ਦਾ ਜੀ ਮੈਂ ਸਰ 2016-14 ਕੀ ਬਾਤ ਕਰ ਰਹੇ ਹਾਂ, ਦੇਖੋ 3 ਸਾਲ ਦਾ ਜੀ ਮੋਦੀ ਗਵਰਨਮੈਂਟ ਕਾ। ਗੱਲ ਇਹ ਆ ਵੀ ਜਦੋਂ ਸਾਡੇ ਕੋਲ ਕੋਈ ਚੀਜ਼ ਆਉਂਦੀ ਹੈਗੀ ਆ, ਅਸੀਂ ਉਹਨੂੰ ਲੋਕਾਂ ਦੇ ਵਿੱਚ ਨਹੀਂ, ਜਿਹੜੀ ਸਾਡੀ ਡਿਲੀਵਰਿੰਗ ਪਾਵਰ ਹੈਗੀ ਆ ਵੀ ਲੋਕਾਂ ਦੇ ਵਿੱਚ ਦੱਸਣਾ, ਕੰਮ ਤਾਂ ਕਰਤਾ ਇੱਥੇ, ਕੰਮ ਕਰਕੇ ਉਹਨੂੰ ਦੱਸਣਾ ਵੀ ਪੈਂਦਾ ਹੈਗਾ, ਨਹੀਂ ਲੋਕਾਂ ਦੇ ਵਿੱਚ ਜਾਂਦਾ ਨਹੀਂ ਹੈਗਾ, ਕਿਉਂਕਿ ਦੂਰ ਦਰਾਜ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਹੈਗੇ ਆ, ਕੰਮ ਨਾਲ ਜੁੜੇ ਹੋਏ ਹੁੰਦੇ ਆ। ਜਿਹੜਾ ਕੰਮ ਕਰਦਾ ਹੈਗਾ ਉਹਨੂੰ ਹੋਰ ਕਿਸੇ ਚੀਜ਼ ਦੀ ਕੁਛ ਨਹੀਂ ਹੁੰਦਾ ਹੈਗਾ, ਉਹ ਸਵੇਰ ਤੋਂ ਆਪਦਾ ਨਿਕਲ ਜਾਂਦਾ ਸ਼ਾਮ ਨੂੰ। ਅਕਾਲੀ ਦਲ ਜੈਸਾ ਬੜਾ ਦਲ ਔਰ ਭਾਰਤੀ ਜਨਤਾ ਪਾਰਟੀ ਜੈਸੀ ਨੈਸ਼ਨਲ ਪਾਰਟੀ ਕੇ ਸਾਹਮਣੇ ਸਾਹਮਣੇ ਆਮ ਆਦਮੀ ਪਾਰਟੀ ਦਿੱਲੀ ਸੇ ਆਤੀ ਹੈ ਔਰ ਇਤਨਾ ਬੜਾ ਰੂਪ ਲੇਕਰ ਵਿਪਕਸ਼ ਕੀ ਭੂਮਿਕਾ ਅੱਜ ਨਿਭਾ ਰਹੀ ਹੈ, ਆਪਕੋ ਨਹੀਂ ਲੱਗਤਾ ਕਿ ਬਹੁਤ ਜ਼ਿਆਦਾ ਖਾਮੀਆਂ ਰਹੀ ਹੈ ਕੁਛ ਨਾ ਕੁਛ? ਦੇਖੋ ਜੇ ਕੋਈ ਘਾਟ ਰਹੀ ਹੈਗੀ ਆ ਉਹਦੇ ਕਰਕੇ ਅਸੀਂ ਪਿੱਛੇ ਰਹੇ ਹੈਗੇ ਹਾਂ। ਔਰ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੈਗੇ ਹੋ, ਉਹਦਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਜੂਦ ਦੇਖ ਲਿਓ, ਔਰ ਉਹ ਵੀ ਹਮ ਭਵਿੱਖ ਦੀ ਬਾਤ ਨਾ ਕਰੇ, ਲੇਕਿਨ ਜੋ ਅੱਜ ਕੇ ਹਾਲਾਤ ਹੈ, ਅੱਜ ਕੇ ਜੋ ਹਾਲਾਤ ਹੈ, ਭਵਿੱਖ ਨੂੰ ਦੇਖ ਕੇ ਹੀ ਦੁਨੀਆ ਚੱਲਦੀ ਆ। ਜਬ ਅੱਜ ਕੇ ਹਾਲਾਤ ਹੈ, ਅਗਰ ਇਕਲੌਤੇ 10 ਲੋਕ ਸਭਾ ਸੀਟੋਂ ਮੇਂ ਸੇ ਦੁਬਾਰਾ ਵੋ ਸੀਟ ਸੰਗਰੂਰ ਕੀ ਫਿਰ ਸੇ ਆਮ ਆਦਮੀ ਪਾਰਟੀ ਕੇ ਪਾਸ ਚਲੀ ਜਾਤੀ ਹੈ। ਗੱਲ ਇਹ ਆ ਵੀ ਇੱਕ ਸੀਟ ਦੀ ਗੱਲ ਨਾ ਕਰੀਏ, ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ। ਵਿਪਕਸ਼ ਕਰੂ ਨਿਭਾ ਰਹੀ ਹੈ, ਦੇਖੋ ਗੱਲ ਸੁਣੋ, ਭਾਨਾ ਭਾਰਤੀ ਜਨਤਾ ਪਾਰਟੀ ਨਾ ਅਕਾਲੀ ਦਲ, ਅਗਰ ਆਪ ਦੇਖੇ ਔਰ ਦੋਨੋਂ ਬੜੀ ਪਾਰਟੀਆਂ, ਬੜੇ ਲੋਕ ਬੜੇ ਐਕਸਪੀਰੀਅੰਸਡ ਰਾਜਨੀਤਿਕ ਵਹਾਂ ਬੈਠੇ ਹੋਏ ਹੈ। ਦੇਖੋ ਗੱਲ ਇਹ ਆ ਵੀ ਉਹ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ, ਕਈ ਵਾਰ ਜੇ ਜ਼ਿਆਦਾ ਕੋਈ ਚੀਜ਼ ਸਾਹਮਣੇ ਪਰੋਸੀ ਜਾਂਦੀ ਹੈਗੀ ਆ, ਲੋਕਾਂ ਦਾ ਮਨ ਵੀ ਜਿਹੜਾ ਹੈਗਾ ਉਹ ਨਵੀਂ ਚੀਜ਼ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਹੈਗੇ ਆ ਵੀ ਇੱਥੇ ਕੀ ਹੈਗਾ।
ਇਸ ਕਰਕੇ ਉੱਥੇ ਜਿਹੜਾ ਭਗਵੰਤ ਮਾਨ ਦਾ ਜੇ ਉਹ ਸੀਟ ਆਈ ਹੈਗੀ ਆ, ਦੁਆਰਾ ਆਈ ਹੈਗੀ ਆ, ਉਹ ਕਮੇਡੀ ਵੀ ਕਰਦਾ ਹੈਗਾ ਔਰ ਲੋਕਾਂ ਨੂੰ ਉੱਥੋਂ ਖਿੱਚਦਾ ਵੀ ਹੈਗਾ ਔਰ ਉਸ ਇਲਾਕੇ ਦਾ ਜੰਮਿਆ ਪਲਿਆ ਹੈਗਾ, ਉਹਨੂੰ ਲੋਕਾਂ ਦੇ ਬਾਰੇ ਪਤਾ, ਲੋਕਾਂ ਦੀ ਨਬਜ਼ ਦਾ ਪਤਾ ਹੈਗਾ। ਜੇ ਕੰਮਾਂ ਦੇ ਬਿਹਾਫ 'ਤੇ ਦੇਖੀਏ ਤਾਂ ਕੰਮ ਜਿਹੜੇ ਹੈਗੇ ਆ ਢੀਂਡਸਾ ਸਾਹਿਬ ਦੇ, ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਕੰਮ ਘੱਟ ਨਹੀਂ ਕਰਾਏ ਹੈਗੇ। ਕੀ ਲੱਗਦਾ ਕਿਸਾਨੋ ਮੈਂ ਸੁਧਾਰ ਕੀ ਕੀ ਗੁੰਜਾਇਸ਼ਾਂ ਆਉਣ ਵਾਲੇ ਸਮੇਂ ਮੈਂ ਹੋ ਸਕਦੀ ਹੈ? ਦੇਖੋ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਔਰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਵਾਅਦਾ ਕੀਤਾ ਵੀ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਔਰ ਅਸੀਂ ਉਹ ਨਿਭਾਵਾਂਗੇ, ਪੂਰਾ ਕਰਾਂਗੇ ਔਰ ਦੁੱਗਣੀ ਵੀ ਹੋਊਗੀ ਔਰ ਜਿਹੜਾ ਕਿਸਾਨ ਹੈਗਾ ਉਹ ਖੁਸ਼ਹਾਲ, ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਕਿਸਾਨ ਖੁਸ਼ਹਾਲ ਹੋਊਗਾ। ਮੈਂ ਸਾਰੇ ਕਿਸਾਨ ਭਰਾਵਾਂ ਨੂੰ, ਕਿਸਾਨ ਪਰਿਵਾਰਾਂ ਨੂੰ ਇਹ ਰਿਕੁਐਸਟ ਕਰੂੰਗਾ, ਇੱਕ ਤਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਬਚਨਾਂ 'ਤੇ ਆਪਾਂ ਉਹਨਾਂ ਨੂੰ ਸੱਚ ਮੰਨੀਏ ਔਰ ਉਹਨਾਂ 'ਤੇ ਵਿਸ਼ਵਾਸ ਕਰੀਏ ਵੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੈ। ਦੂਜਾ, ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਭਰਮ ਭੁਲੇਖੇ ਪਾਏ ਜਾ ਰਹੇ ਹੈਗੇ ਆ ਵੀ MSP ਬਾਰੇ, ਉਹ ਸਪਸ਼ਟ ਕਰਦੇ ਹੈਗੇ ਆ ਵੀ MSP ਸੀ, ਹੈ ਅਤੇ ਰਹੂਗੀ ਔਰ ਮੰਡੀਕਰਨ 'ਤੇ ਵੀ ਕੋਈ ਪ੍ਰਭਾਵ ਨਹੀਂ ਪਊਗਾ, ਕਿਸਾਨ ਖੁਸ਼ਹਾਲ ਹੋਊਗਾ। ਦੂਜਾ ਇਹ ਕਹੂੰਗਾ ਵੀ ਮਨ ਛੋਟਾ ਨਾ ਕਰੀਏ ਔਰ ਜੇ ਕਿਸੇ ਨੇ ਤੁਹਾਡੇ ਨਾਲ ਧੱਕਾ ਧੋਖਾ ਕਰਤਾ ਹੈਗਾ, ਤੁਹਾਡੇ ਤੋਂ ਵੋਟਾਂ ਬਟੋਰ ਕੇ ਲੈ ਗਏ ਹੈਗੇ ਆ, ਲੇਕਿਨ ਆਪਾਂ ਇੰਨਾ ਮਨ ਛੋਟਾ ਨਾ ਕਰੀਏ ਵੀ ਆਪਾਂ ਖੁਦਕੁਸ਼ੀਆਂ ਵਾਲਾ ਰਾਹ ਚੁਣੀਏ। ਮੈਂ ਇਹੀ ਕਹੂੰਗਾ ਵੀ ਜਿਹੜਾ ਸਾਡਾ ਦੇਸ਼ ਦਾ ਕਿਸਾਨ ਹੋਊਗਾ ਉਹ ਸੰਸਾਰ ਭਰ ਦੇ ਵਿੱਚ ਇੱਕ ਖੁਸ਼ਹਾਲ ਕਿਸਾਨ ਦੇ ਤੌਰ 'ਤੇ ਜਾਣਿਆ ਜਾਊਗਾ, ਇਹ ਤੁਹਾਡੇ ਨਾਲ ਵਾਅਦਾ ਹੈ। ਤਾਂ ਮਤਲਬ ਆਪ ਇਹ ਮੰਨ ਕੇ ਚਲਦੇ ਹਾਂ ਕਿ 2022 ਤੱਕ ਬਿਲਕੁਲ ਪੂਰੀ ਤਰ੍ਹਾਂ ਸੇ ਮਤਲਬ ਜੋ ਫਾਰਮਰਸ ਆਜ ਜੋ ਸੁਸਾਈਡ ਕਰ ਰਹੇ ਹੈ ਜਾਂ ਜਿਨ ਹਾਲਾਤ ਸੇ ਆਜ ਕਿਸਾਨ ਤ੍ਰਸਤ ਹੈ, ਚਾਹੇ ਵੋ ਸੁਖਾ ਗ੍ਰਸਤ ਏਰੀਆ ਹੋ ਚਾਹੇ ਵੋ ਬਾੜ ਗ੍ਰਸਤ ਏਰੀਆ ਹੋ, ਉਨ ਸਭ ਜਗ੍ਹਾ ਕੇ ਕਿਸਾਨਾਂ ਨੂੰ ਗੁਰਬਤ ਦੇ ਵਿੱਚੋਂ ਕੱਢ ਕੇ ਉਸ ਲਾਈਨ ਦੇ ਵਿੱਚ ਲੈ ਆਵਾਂਗੇ, ਉਹ ਖੁਦਕੁਸ਼ੀ ਬਾਰੇ ਸੋਚਣਗੇ ਵੀ। 2022 ਤੱਕ ਕਿਸਾਨੋ ਕੀ ਪੂਰੀ ਤਰ੍ਹਾਂ ਸੇ ਕਾਇਆ ਪਲਟ ਹੋ ਜਾਏਗੀ ਔਰ ਬਹੁਤ ਬਿਹਤਰੀ ਕੇ ਸਾਥ ਕਿਸਾਨੋ ਕੋ ਉਨਕਾ ਨਿਆਏ ਮਿਲੇਗਾ, ਉਨਕੀ ਫਸਲੋਂ ਕੇ ਸਾਥ ਪੂਰਾ ਫਾਈਨੈਂਸ਼ੀਅਲ ਸਪੋਰਟ ਜੋ ਵੋ ਚਾਹ ਰਹੇ ਹੈ, ਹਰ ਤਰ੍ਹਾਂ ਸੇ ਚਹੂੰ ਔਰ ਵਿਕਾਸ ਹੋਗਾ, ਐਸਾ ਕਹਿਣਾ ਥਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਕੇ ਸੁਖਮਿੰਦਰ ਪਾਲ ਸਿੰਘ ਗਰੇਵਾਲ ਸਾਹਿਬ ਕਾ। ਅੱਜ ਹਮਾਰੇ ਸਾਥ ਸਟੂਡੀਓ ਮੇਂ ਥੇ ਜਿਨ੍ਹੋਂਨੇ ਕਿਸਾਨੋ ਕੀ ਆਨੇ ਵਾਲੀ ਪਾਲਿਸੀਜ਼ ਜੋ ਕੇਂਦਰ ਕੀ ਤਰਫ ਸੇ ਦੀ ਗਈ ਹੈ ਉਨਮੇਂ ਕਿਸ ਤਰ੍ਹਾਂ ਕੇ ਸੁਧਾਰ ਕੀਏ ਗਏ ਹੈ ਔਰ ਕਿਸ ਤਰ੍ਹਾਂ ਸੇ ਇੰਪਲੀਮੈਂਟ ਕੀਆ ਜਾ ਰਿਹਾ ਹੈ, ਉਸ ਪਰ ਉਨ੍ਹੋਂਨੇ ਹਮਾਰੇ ਸਾਥ ਚਰਚਾ ਕੀ। ਬਨੇ ਰਹੀਏ ਹਮਾਰੇ ਸਾਥ, ਦੇਖਤੇ ਰਹੀਏ ਅੱਜ ਪ੍ਰਕਾਸ਼ ਟੀਵੀ। ਨਮਸਕਾਰ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।